ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਸਿੱਖੋਗੇ ਲਾਇਸੈਂਸ ਰੀਨਿਊ ਕਰਨਾ ਜੇਕਰ ਦੋਸਤੋ ਤੁਸੀਂ ਵੀ ਪੰਜਾਬ ਸਟੇਟ ਤੋਂ ਬਿਲੋਂਗ ਕਰਦੇ ਹੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੰਜਾਬੀ ਪਾਸ਼ਾ ਦੇ ਵਿੱਚ ਤੁਸੀਂ ਆਪਣਾ ਲਾਇਸੈਂਸ ਕਿਵੇਂ ਰੀਨਿਊ ਕਰੋਗੇ ਇਸ ਵੀਡੀਓ ਦੇ ਵਿੱਚ ਜਾਣੋਗੇ ਜੇਕਰ ਦੋਸਤੋ ਤੁਹਾਡਾ ਵੀ ਲਾਇਸੈਂਸ ਰੀਨਿਊ ਕਰਨ ਵਾਲਾ ਹੈ ਦੋਸਤੋ ਕੁਝ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਾਣਕਾਰੀ ਕੀ ਹੋਣੀ ਚਾਹੀਦੀ ਹੈ ਦੋਸਤੋ ਜੇਕਰ ਤੁਹਾਡਾ ਲਾਇਸੈਂਸ ਦੀ ਰੀਨਿਊ ਡੇਟ ਜਿਹੜੀ ਹੈ ਦੋਸਤੋ ਲੰਘ ਜਾਵੇਗੀ ਤੁਹਾਨੂੰ ਟੈਸਟ ਦੇਣਾ ਪਵੇਗਾ ਤੁਸੀਂ ਆਪਣੇ ਲਾਇਸੈਂਸ ਤੇ ਡੇਟ ਮੈਂਸ਼ਨ ਕੀਤੀ ਹੋਵੇਗੀ ਉਹ ਦੇਖੋ ਜੇਕਰ ਦੋਸਤੋ ਤੁਹਾਡੇ ਕੋਲ ਉੱਥੇ ਟਾਈਮ ਹੈਗਾ ਹੈ ਤੁਹਾਡੇ ਕੋਲ ਡੇਟ ਪਈ ਹੈ ਜੇ ਐਕਸਪਾਇਰ ਹੁੰਦੀ ਫਿਰ ਦੋਸਤੋ ਤੁਹਾਨੂੰ ਲਾਇਸੈਂਸ ਟੈਸਟ ਦੇਣ ਦੀ ਲੋੜ ਨਹੀਂ ਹੈਗੀ ਕਿਉਂਕਿ ਦੋਸਤੋ ਇੱਥੇ ਨਵੀਂ ਪਾਲਿਸੀ ਦੇ ਆਧਾਰ ਤੇ ਜੇਕਰ ਦੋਸਤੋ ਆਪਣਾ ਜਿਹੜਾ ਸਮਾਂ ਮਿਥਿਆ ਹੋਇਆ ਹੈ ਉਸ ਸਮੇਂ ਤੋਂ ਪਹਿਲਾਂ ਪਹਿਲਾਂ ਆਪਣਾ ਰੀਨਿਊ ਨਹੀਂ ਕਰਦੇ ਲਾਇਸੈਂਸ ਤਾਂ ਦੋਸਤੋ ਆਪਾਂ ਨੂੰ ਟੈਸਟ ਦੇਣਾ ਪਵੇਗਾ ਜੇਕਰ ਦੋਸਤੋ ਆਪਣਾ ਅਜੇ ਟਾਈਮ ਪਿਆ ਹੈ ਫਿਰ ਆਪਾਂ ਨੂੰ ਟੈਸਟ ਦੇਣ ਦੀ ਲੋੜ ਨਹੀਂ ਹੈਗੀ ਫਿਰ ਆਪਾਂ ਸਿੱਧਾ ਹੀ ਆਪਣਾ ਲਾਇਸੈਂਸ ਅਪਡੇਟ ਕਰ ਪਾਵਾਂਗੇ ਘਰ ਬੈਠੇ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੰਪਲੀਟ ਜਾਣਕਾਰੀ ਦਿੰਨੇ ਹਾਂ ਜਾਣਕਾਰੀ ਤੋਂ ਪਹਿਲਾਂ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਵੀਡੀਓ ਵਾਚ ਕਰਨਾ ਚਾਹੁੰਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦ ਤੁਹਾਡੇ ਕਿਤੇ ਇੱਕ ਲਾਈਕ ਵੀ ਜਰੂਰ ਕਰਕੇ ਜਾਣਾ ਕਿਉਂਕਿ ਦੋਸਤੋ ਆਪਾਂ ਤੁਹਾਡੇ ਲਈ ਹਰੇਕ ਨਵੀਂ-ਨਵੀਂ ਅਪਡੇਟ ਲੈ ਕੇ ਆਉਂਦੇ ਹਾਂ ਦੋਸਤੋ ਤੁਹਾਨੂੰ YouTube ਦੀ ਵੀਡੀਓ ਬਹੁਤ ਸਾਰੀਆਂ ਮਿਲ ਜਾਣਗੀਆਂ ਲੇਕਿਨ ਦੋਸਤੋ ਪੰਜਾਬੀ ਭਾਸ਼ਾ ਦੇ ਵਿੱਚ ਆਸਾਨ ਕੋਈ ਨਹੀਂ ਸਿਖਾਉਂਦਾ ਤੇ ਦੋਸਤੋ ਇਸ ਵਿੱਚ ਤੁਹਾਨੂੰ ਆਸਾਨ ਭਾਸ਼ਾ ਦੇ ਵਿੱਚ ਸਿਖਾਇਆ ਜਾਵੇਗਾ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਤਾਂ ਦੋਸਤੋ ਅੱਗੇ ਚੱਲ ਕੇ ਤੁਹਾਨੂੰ ਮੈਂ ਕੰਪਲੀਟ ਜਾਣਕਾਰੀ ਦਿੰਦਾ ਹਾਂ ਦੋਸਤੋ ਤੁਹਾਨੂੰ ਸਾਡੇ ਚੈਨਲ ਤੇ ਆਉਣ ਵਾਲੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਮਿਲੇਗੀ ਬੱਚਿਆਂ ਦੇ ਸਟੂਡੈਂਟਾਂ ਵਾਸਤੇ ਸਕਾਲਰਸ਼ਿਪ ਤੋਂ ਲੈ ਕੇ ਦੋਸਤੋ ਸਰਟੀਫਿਕੇਟ ਅਪਲਾਈ ਤੱਕ ਤੁਹਾਨੂੰ ਸਾਡੇ ਚੈਨਲ ਤੇ ਹਰੇਕ ਜਾਣਕਾਰੀ ਮਿਲੇਗੀ ਤਾਂ ਦੋਸਤੋ ਤੁਹਾਨੂੰ ਅੱਗੇ ਵੀਡੀਓ ਮਿਲ ਜਾਣਗੀਆਂ ਜੋ ਜੋ ਤੁਸੀਂ ਸਟੈਪ ਦੇਖੋਗੇ ਜਿਨ੍ਹਾਂ ਨੇ ਆਪਣਾ ਲਾਈਸੈਂਸ ਨਵਾਂ ਅਪਲਾਈ ਕਰਨਾ ਹੈ ਉਹ ਵੀ ਵੀਡੀਓ ਤੁਹਾਨੂੰ ਮਿਲ ਜੇਗੀ ਜਿਹੜੀ ਤੁਸੀਂ ਇਹ ਵੀਡੀਓ ਵਾਚ ਕਰ ਰਹੇ ਹੋ ਇਸ ਦੇ ਨੇਚਰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੀ ਹੋਏ ਹਨ ਉਹਨਾਂ ਵੀਡੀਓ ਨੂੰ ਵਾਚ ਕਰਕੇ ਦੋਸਤੋ ਤੁਸੀਂ ਆਪਣਾ ਨਵਾਂ ਲਾਈਸੈਂਸ ਵੀ ਅਪਲਾਈ ਕਰ ਪਾਓਗੇ ਤਾਂ ਦੋਸਤੋ ਅੱਗੇ ਤੁਸੀਂ ਵੀਡੀਓ ਵਾਚ ਕਰੋ ਤੁਸੀਂ ਆਪਣਾ ਲਾਈਸੈਂਸ ਨੂੰ ਕਿਵੇਂ ਰੀਨਿਊ ਕਰੋਗੇ ਹੁਣ ਦੋਸਤੋ ਲਾਇਸੈਂਸ ਅਪਡੇਟ ਕਰਨ ਦੇ ਲਈ ਰੀਨੂ ਕਰਨ ਦੇ ਲਈ ਤੁਸੀਂ ਆਪਣੇ Google Chrome ਦੇ ਵਿੱਚ ਚਲੇ ਜਾਓਗੇ ਆਪਣੇ ਫੋਨ ਦੇ ਵਿੱਚ ਇੱਥੇ ਦੋਸਤੋ ਸਰਚ ਬਾਕਸ ਦੇ ਵਿੱਚ ਜਾਓਗੇ ਤੇ ਪਰਵਾਹਨ ਸਰਚ ਕਰ ਲੋਗੇ ਜਦੋਂ ਦੋਸਤੋ ਤੁਸੀਂ ਇਹ ਸਰਚ ਕਰੋਗੇ ਫਸਟ ਨੰਬਰ ਤੁਹਾਡੇ ਸਾਹਮਣੇ ਵੈਬਸਾਈਟ ਆ ਗਈ ਹੈ ਇਸ ਤੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਇੱਥੇ ਕਲਿੱਕ ਕਰੋਗੇ ਥੱਲੇ ਚਲੇ ਜਾਓਗੇ ਥੱਲੇ ਤੁਹਾਨੂੰ ਆ ਰਹੀ ਹੈ অপਸ਼ਨ ਡਰਾਈਵਰਸ ਲਰਨਰ ਲਾਇਸੈਂਸ ਇੱਥੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵੀਂ ਵਿੰਡੋ ਖੁੱਲੇਗੀ ਇਸ ਤੋਂ ਬਾਅਦ ਦੋਸਤੋ ਆਪਾਂ ਇੱਥੇ ਸਟੇਟ ਉਸ ਸਿਲੈਕਟ ਕਰਾਂਗੇ ਇੱਥੇ ਦੋਸਤੋ ਚਲੇ ਜਾਵਾਂਗੇ ਸਿੰਪਲੀ ਇੱਥੇ ਦੋਸਤੋ ਆਪਾਂ ਜੋ ਆਪਣੀ ਸਟੇਟ ਰਹੇਗੀ ਉਹ ਆਪਾਂ ਸਰਚ ਕਰ ਲਾਂਗੇ ਉਸ ਤੋਂ ਬਾਅਦ ਦੋਸਤੋ ਤੁਹਾਡੇ ਕੋਲ ਇਹ ਪੌਪ ਖੁੱਲੇਗਾ ਜੋ ਕਿ ਦੋਸਤੋ ਤੁਹਾਨੂੰ ਇੱਥੇ ਦੱਸਿਆ ਹੋਇਆ ਹੈ ਕਿ ਤੁਹਾਡੇ ਕੋਲ ਇਹ ਇੱਥੇ ਕੰਮ ਹੋ ਸਕਦੇ ਹਨ ਇੱਥੇ ਦੋਸਤੋ ਤੁਸੀਂ ਕੱਟ ਦੇ ਨਿਸ਼ਾਨ ਤੇ ਕਲਿੱਕ ਕਰ ਦੋਗੇ ਤੁਹਾਡੇ ਸਾਹਮਣੂ ਇਹ ਚਲਾ ਜਾਏਗਾ ਉਸ ਤੋਂ ਬਾਅਦ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇ ਰਹੀ ਹੈ ਅਪਲਾਈ ਫੋਰ ਡੀਐਲ रीन्यू रीनेबल दोस्तों ਇੱਥੇ ਤੁਸੀਂ ਕਲਿੱਕ ਕਰ ਦੋਗੇ ਯਾਨੀ ਕਿ ਅਪਲਾਈ ਫੋਰ ਡਰਾਈਵਿੰਗ ਲਾਇਸੈਂਸ ਰੀਨੇਬਲ ਇੱਥੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਆਪਸ਼ਨ ਖੁੱਲ ਕੇ ਆ ਰਹੀ ਹੈ ਕਿ ਆਪਾਂ ਇਹਨੇ ਫਾਰਮ ਨੂੰ ਜੋ ਕਿ ਫਿਲ ਕਰਨਾ ਹੈ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਰਹੀ ਹੋ ਉਸ ਤੋਂ ਬਾਅਦ ਦੋਸਤੋ ਤੁਸੀਂ ਥੱਲੇ ਜਾਓਗੇ ਇੱਥੇ ਦੋਸਤੋ ਤੁਸੀਂ ਕੰਟੀਨਿਊ ਤੇ ਕਲਿੱਕ ਕਰ ਦੋਗੇ ਕੰਟੀਨਿਊ ਤੇ ਜਦੋਂ ਦੋਸਤੋ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਨੰਬਰ ਤੇ ਇੱਥੇ ਦੋਸਤੋ ਡੇਟ ਆਫ ਬਰਥ ਫਿਲ ਕਰਕੇ ਕੈਪਚਾ ਫਿਲ ਕਰਕੇ ਇੱਥੇ ਦੋਸਤੋ ਤੁਸੀਂ ਕੀ ਕਰੋਗੇ ਆਈ ਐਗਰੀ ਤੇ ਗੈਟ ਡੀਐਲ ਡਿਟੇਲ ਤੇ ਕਲਿੱਕ ਕਰ ਦੋਗੇ ਹੁਣ ਜਦੋਂ ਦੋਸਤੋ ਤੁਸੀਂ ਗੈਟ ਡਿਟੇਲ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਡਿਟੇਲ ਖੁੱਲ ਜਾਈ ਵੀ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਪਾ ਰਹੇ ਹੋਗੇ ਉਸ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਇਹ ਆਪਸ਼ਨ ਆ ਜਾਏਗੀ ਜਿਹੜੀ ਕਿ ਦੋਸਤੋ ਤੁਸੀਂ ਇੱਥੇ ਦੇਖ ਪਾ ਰਹੇ ਹੋ ਉਸ ਤੋਂ ਬਾਅਦ ਦੋਸਤੋ ਆ ਰਿਹਾ ਹੈ ਕਨਫਰਮ ਦੈਟ ਅਬਾਊਟ ਡਰਾਈਵਿੰਗ ਲਾਇਸੈਂਸ ਡਿਟੇ ਇਸ ਤੋਂ ਬਾਅਦ ਤੁਸੀਂ ਇੱਥੇ ਜਰਨਲ ਹੀ ਸਿਲੈਕਟ ਰਹਿਣ ਦੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਪਿੰਨ ਕੋਡ ਅਤੇ ਦੋਸਤੋ ਆਰਟੀ ਆਫਸ ਆਪਣਾ ਚੂਜ਼ ਕਰ ਲੋਗੇ ਜੋ ਵੀ ਦੋਸਤੋ ਤੁਹਾਡਾ ਆਫਿਸ ਆ ਜਾਏਗਾ ਉਹ ਆ ਜਾਏਗਾ ਉਸ ਤੋਂ ਬਾਅਦ ਦੋਸਤੋ ਤੁਸੀਂ ਸਿੰਪਲੀ ਪ੍ਰੋਸੀਡ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਇਹ ਆਪਸ਼ਨ ਆਏਗੀ ਡਿਟੇਲ ਦੀ ਜੋ ਕਿ ਦੋਸਤੋ ਤੁਸੀਂ ਇੱਥੇ ਕਨਫਰਮ ਕਰੋਗੇ ਓਕੇ ਤੇ ਦੋਸਤੋ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੁਹਾਡੀ ਕਾਪੀ ਇੱਥੇ ਸ਼ੋ ਹੋ ਜਾਵੇਗੀ ਉੱਤੇ ਦੋਸਤੋ ਤੁਸੀਂ ਦੇਖੋਗੇ ਇਸ਼ੂ ਡੇਟ ਵੀ ਤੁਹਾਨੂੰ ਦਿਖਾਈ ਦੇਵੇਗੀ ਜੋ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਥੱਲੇ ਸਿੰਪਲੀ ਡਿਟੇਲ ਤੇ ਤੁਸੀਂ ਕਲਿੱਕ ਕਰ ਦੋਗੇ ਥੱਲੇ ਆ ਜਾਓਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰੋਗੇ ਇੱਥੇ ਦੋਸਤੋ ਤੁਸੀਂ ਆਪਣਾ ਮੋਬਾਈਲ ਨੰਬਰ ਇੱਥੇ ਆਪਣੀ ਜੀਮੇਲ ਫਿਲ ਕਰ ਦੋਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਥੱਲੇ ਚਲੇ ਜਾਓਗੇ ਇਸ ਤੋਂ ਬਾਅਦ ਦੋਸਤੋ ਜੇਕਰ ਤੁਸੀਂ ਆਪਣੀ ਕੁਆਲੀਫਿਕੇਸ਼ਨ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਕਰ ਲੋਗੇ ਨਹੀਂ ਤਾਂ ਦੋਸਤੋ ਇਹਨੂੰ ਤੁਸੀਂ ਛੱਡ ਕੇ ਥੱਲੇ ਹੀ ਬੈਕ ਚਲੇ ਜਾਓਗੇ ਯਾਨੀ ਕਿ ਥੱਲੇ ਚਲੇ ਜਾਓਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਤੁਹਾਡਾ ਐਡਰੈਸ ਆਪਣੇ ਆਪ ਸ਼ੋ ਹੋ ਜਾਵੇਗਾ ਪਿੰਨ ਕੋਡ ਵੀ ਤੁਹਾਡਾ ਆਪਣੇ ਸ਼ੋ ਹੋ ਜਾਵੇਗਾ ਡਿਸਟ੍ਰਿਕਟ ਤੇ ਤਹਿਸੀਲ ਤੁਹਾਨੂੰ ਸਿਲੈਕਟ ਕਰਨੀ ਪਵੇਗੀ ਜੇਕਰ ਦੋਸਤੋ ਤੁਹਾਡਾ ਸਾਰਾ ਡਾਟਾ ਮੈਚ ਹੁੰਦਾ ਹੈ ਤਾਂ ਥੱਲੇ ਦੋਸਤੋ ਤੁਹਾਡੇ ਸਾਹਮਣੇ ਇਹ ਆ ਰਿਹਾ ਹੈ ਸੇਮ ਐਜ਼ ਹੈ ਪਰਮਨੈਂਟ ਐਡਰੈਸ ਤਾਂ ਇੱਥੇ ਦੋਸਤੋ ਸੇਮ ਕਰ ਦੋਗੇ ਤੁਹਾਡਾ ਡਾਟਾ ਪਰਮਨੈਂਟ ਸੇਵ ਹੋ ਜਾਵੇਗਾ ਇਸ ਤੋਂ ਬਾਅਦ ਤੁਸੀਂ ਥੱਲੇ ਚਲੇ ਜਾਓਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਕਨਫਰਮ ਤੇ ਸਿੰਪਲੀ ਕਲਿੱਕ ਕਰ ਦੋਗੇ ਕਨਫਰਮ ਕਰਨ ਤੋਂ ਪਹਿਲਾਂ ਦੋਸਤੋ ਤੁਸੀਂ ਇੱਥੇ ਡੇਟ ਦੇਖ ਲਓਗੇ ਇਸ ਡੇਟ ਤੋਂ ਪਹਿਲਾਂ ਪਹਿਲਾਂ ਦੋਸਤੋ ਤੁਹਾਡਾ ਇਹ ਅਪਡੇਟ ਹੋਣਾ ਜ਼ਰੂਰੀ ਹੈ ਰੀਨਿਊ ਹੋਣਾ ਜ਼ਰੂਰੀ ਹੈ ਜਿਹੜੀ ਡੇਟ ਤੁਹਾਨੂੰ ਇਧਰਲੇ ਪਾਸੇ ਦਿਖਾਈ ਦੇਵੇਗੀ ਇਸ ਤੋਂ ਬਾਅਦ ਦੋਸਤੋ ਤੁਸੀਂ ਕਨਫਰਮ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਦੋਸਤੋ ਫਿਰ ਤੁਹਾਡੇ ਕੋਲ ਇੱਕ ਮੈਸੇਜ ਆਏਗਾ ਜੋ ਕਿ ਦੋਸਤੋ ਤੁਹਾਡਾ ਡਾਟਾ ਦੱਸਿਆ ਹੋਇਆ ਹੈ ਤੇ ਦੋਸਤੋ ਇੱਥੇ ਤੁਸੀਂ ਓਕੇ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਓਕੇ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਥੇ ਨਵੀਂ ਵਿੰਡੋ ਖੁੱਲ ਜਾਵੇਗੀ ਜਿਵੇਂ ਕਿ ਦੋਸਤੋ ਤੁਸੀਂ ਅੱਗੇ ਦੇਖੋਗੇ اس تو بعد دوستو جڑا آپ موبائل نمبر فل کر کے آئے ہاں اتنے دوستو پہلا یہ کیپچا فل کرو گے اس بعد جنریٹ او ٹی پی تے کلک کرو گے کیونکہ دوستو اس موبائل نمبر تے تو ٹی پی آئے گا دوستو ایتے تم او ٹی پی فل کرو گے تھلے کیپچا دکھائی دے رہا ہے اے فل کر کے تھلے تُسی سبمٹ او ٹی پی تے کلک کر دو گے ਇਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇਹ ਆਪਸ਼ਨ ਆ ਜਾਏਗੀ ਜਿਹੜੀ ਕਿ ਸਰਵਿਸ ਇੱਥੇ ਆਣ ਗਿਆ ਡਰਾਈਵਿੰਗ ਲਾਇਸੈਂਸ ਰੀਨਿਊ ਕਰਨ ਵਾਸਤੇ ਇਹ ਆਪਸ਼ਨ ਪਹਿਲਾਂ ਹੀ ਆਪਣੇ ਸਾਹਮਣੇ ਸਿਲੈਕਟ ਹੋ ਕੇ ਆ ਜਾਵੇਗੀ ਜਿਹੜੀ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਦੋਸਤੋ ਜੇਕਰ ਤੁਸੀਂ ਆਪਣਾ ਫੋਟੋ ਜਾਂ ਫਿਰ ਐਡਰੈਸ ਵੀ ਅਪਡੇਟ ਕਰਨਾ ਚਾਹੁੰਦੇ ਹੋ ਉਸਤੇ ਵੀ ਆਪਸ਼ਨ ਦੇ ਟਿਕ ਕਰ ਲੋਗੇ ਤੇ ਪ੍ਰਸੀਡ ਤੇ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਸੈਲਫ ਡਿclareਸ਼ਨ ਫਾਰਮ ਇੱਥੇ ਦੋਸਤੋ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਤੁਹਾਡੇ ਸਾਹਮਣੇ ਇਹ ਫਾਰਮ ਖੁੱਲ ਕੇ ਆ ਜਾਵੇਗਾ ਜਿਹੜਾ ਕਿ ਦੋਸਤੋ ਫਿਲ ਕਰਨਾ ਹੋਵੇਗਾ ਆਪਾਂ ਹੁਣ ਤੁਸੀਂ ਦੇਖੋਗੇ ਤੇ ਤੁਹਾਡੇ ਸਾਹਮਣੇ ਅਲੱਗ-ਅਲੱਗ ਆਪਸ਼ਨਾਂ ਖੁੱਲਗੀਆਂ ਹਨ ਜਿਹੜਾ ਦੋਸਤੋ ਰੂਲ ਤੁਹਾਡੇ ਸਾਹਮਣੇ ਡਿclaretion ਫਾਰਮ ਤੁਹਾਡੇ ਸਾਹਮਣੇ ਜਿਹੜਾ ਤੁਹਾਨੂੰ ਲਾਗੂ ਹੁੰਦਾ ਹੈ ਉਹ ਤੁਸੀਂ ਯੈਸ ਕਰ ਲੋਗੇ ਜਿਹੜਾ ਨਹੀਂ ਲਾਗੂ ਹੁੰਦਾ ਉਹ ਨੋ ਕਰ ਲੋਗੇ ਇਹ ਆਪਸ਼ਨਾਂ ਸਾਰੀਆਂ ਤੇ ਤੁਸੀਂ ਟਿਕ ਕਰ ਲੋਗੇ ਇਸ ਨੂੰ ਤੁਸੀਂ ਟ੍ਰਾਂਸਲੇਟ ਕਰ ਲੋਗੇ ਜਿਹੜੀ ਆਪਸ਼ਨ ਤੁਹਾਨੂੰ ਸਮਝ ਨਹੀਂ ਆਉਂਦੀ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਹੈਲਪ ਮੰਗ ਲੋਗੇ ਉਸ ਤੋਂ ਬਾਅਦ ਤੁਸੀਂ ਆਈਟਿਕ ਤੇ ਕਰੋਗੇ ਤੇ ਇੱਥੇ ਦੋਸਤੋ ਸਬਮਿਟ ਦੇ ਸਿੰਪਲੀ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਸਬਮਿਟ ਸਕਸੈਸਫੁਲ ਹੋ ਜਾਏਗਾ ਉਸ ਤੋਂ ਬਾਅਦ ਦੋਸਤੋ ਤੁਸੀਂ ਓਕੇ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਇਹਨਾਂ ਤੁਸੀਂ ਆਪਸ਼ਨਾਂ ਨੂੰ ਟਿਕ ਕਰੋਗੇ ਜਿਹੜੀਆਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਦੋਸਤੋ ਤੁਸੀਂ ਇਸ ਆਪਸ਼ਨ ਤੇ ਵੀ ਟਿਕ ਕਰੋਗੇ ਇਸ ਤੋਂ ਬਾਅਦ ਦੋਸਤੋ ਥੱਲੇ ਆ ਰਿਹਾ ਹੈ ਆਪਸ਼ਨ ਐਕਸੀਡੈਂਟ ਡੈਥ ਜੇਕਰ ਹੈਗੀ ਹੈ ਤਾਂ ਇੱਥੇ ਯੈਸ نو ਕਰ ਲੋਗੇ ਉਸ ਤੋਂ ਬਾਅਦ ਕੈਪਚਾ ਫਿਲ ਕਰਕੇ ਜੇਕਰ ਦੋਸਤੋ ਕੈਪਚਾ ਆ ਜਾਂਦਾ ਹੈ ਫਿਰ ਤਾਂ ਠੀਕ ਹੈ ਨਹੀਂ ਆਉਂਦਾ ਤੁਸੀਂ ਇੱਥੇ ਨਵਾਂ ਕੈਪਚਾ ਵੀ ਦੇਖ ਲੋਗੇ ਤੇ ਸਬਮਿਟ ਤੇ ਸਿੰਪਲੀ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਓਕੇ ਤੇ ਤੁਸੀਂ ਕਲਿੱਕ ਕਰੋਗੇ ਓਕੇ ਤੇ ਜਦੋਂ ਦੋਸਤੋਂ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆ ਜਾਏਗਾ ਜਿਹੜਾ ਕਿ ਦੋਸਤੋਂ ਦੇਖ ਰਹੇ ਹੋ ਕੰਗ੍ਰੈਚੁਲੇਸ਼ਨ ਯੂਅਰ ਐਪਲੀਕੇਸ਼ਨ ਸਬਮਿਟ ਸਕਸੈਸਫੁਲ ਓਕੇ ਤੇ ਤੁਸੀਂ ਕਲਿੱਕ ਕਰ ਦੋਗੇ ਇਸ ਤੋਂ ਬਾਅਦ ਦੋਸਤੋਂ ਜੇਕਰ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਇੱਥੇ ਪ੍ਰਿੰਟ ਕਰਨਾ ਹੈ ਤਾਂ ਪ੍ਰਿੰਟ ਕਰ ਲੋਗੇ ਇਸ ਤੋਂ ਬਾਅਦ ਦੋਸਤੋਂ ਤੁਸੀਂ ਥੱਲੇ ਸਿੰਪਲੀ ਸਕਰੋਲ ਡਾਉਨ ਕਰ ਦੋਗੇ ہوں دوستوں اتنے آ کے آپ ڈاکومینٹ سلیکٹ کریں کی دوستو تسی دیکھ رہی ہو پہلا ہے اڈرس پروف دوسرا ہے میڈیکل سرٹیفکیٹ میں پیچھے دس کے آیا ہاں کہ پرنٹ کر لو گے تیسرا ہے ڈرائیونگ لائسنس کی جاڈا ری نیو کرون والا ہے اولڈ ہے گا ہے پرانا اتنے ڈرائیونگ لائسنس بھی اپلوڈ کرنا پاوے گا اس تو کرو گے اتنے آدھار کارڈ ਮੈਡੀਕਲ ਸਰਟੀਫਿਕੇਟ ਅਪਲੋਡ ਕਰ ਲੋਗੇ ਇਸ਼ੂ ਬਾਏ ਡੇਟ ਤੇ ਲਿਖ ਲੋਗੇ ਕਨੈਕਟ ਨੰਬਰ ਲਿਖ ਲੋਗੇ ਇਹ ਦੋਸਤੋ ਡੈਮੋ ਦੇ ਆਧਾਰ ਤੇ ਤੁਸੀਂ ਲਿਖ ਲੋਗੇ ਉਸ ਤੋਂ ਬਾਅਦ ਦੋਸਤੋ ਸਿੰਪਲੀ ਤੁਸੀਂ ਅੱਗੇ ਚਲੇ ਜਾਓਗੇ ਬਰਾਊਜ਼ਰ ਤੇ ਇੱਥੇ ਦੋਸਤੋ ਤੁਸੀਂ ਬਰਾਊਜ਼ਰ ਤੇ ਜਾ ਕੇ ਤੁਸੀਂ ਆਪਣਾ ਡਾਕੂਮੈਂਟ ਅਪਲੋਡ ਕਰੋਗੇ ਅਪਲੋਡ ਤੇ ਜਦੋਂ ਦੋਸਤੋ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤਿੰਨ ਆਪਸ਼ਨਾਂ ਖੁੱਲ ਜਾਣਗੀਆਂ ਵਿਊ ਦੀਆਂ ਇੱਥੇ ਕਨਫਰਮ ਦੀਆਂ ਤੇ ਇੱਥੇ ਦੋਸਤੋ ਕੱਟ ਦੀਆਂ ਜਿਵੇਂ ਕਿ ਦੋਸਤੋ ਅੱਗੇ ਮੈਂ ਤੁਹਾਨੂੰ ਦਿਖਾਣ ਜਾ ਰਿਹਾ ਹਾਂ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਰਿਹਾ ਹੋ 뷰 ਕਨਫਰਮ ਤੇ ਕੱਟ ਜੇਕਰ ਦੋਸਤੋ ਤੁਹਾਡੇ ਕੋਲੋਂ ਇੱਥੇ ਤੁਸੀਂ ਦੇਖਣਾ ਹੈ ਡਾਕੂਮੈਂਟ 뷰 ਤੇ ਜਾ ਕੇ ਤੁਸੀਂ ਦੇਖ ਲੋਗੇ ਜੇਕਰ ਦੋਸਤੋ ਤੁਹਾਡੇ ਕੋਲੋਂ ਗਲਤ ਫਾਈਲ ਅਪਲੋਡ ਹੋ ਜਾਂਦੀ ਹੈ ਤਾਂ ਕੰਟ ਤੇ ਜਾ ਕੇ ਤੁਸੀਂ ਆਪਣੀ ਨਵੀਂ ਫਾਈਲ ਨੂੰ ਅਪਲੋਡ ਕਰ ਲੋਗੇ ਇਸ ਤੋਂ ਬਾਅਦ ਦੋਸਤੋ ਸਿੰਪਲੀ ਤੁਸੀਂ ਕਨਫਰਮ ਤੇ ਕਲਿੱਕ ਕਰ ਦੋਗੇ ਇਦਾਂ ਹੀ ਦੋਸਤੋ ਕਨਫਰਮ ਕਰਕੇ ਤੁਸੀਂ ਤਿੰਨੇ ਡਾਕੂਮੈਂਟ ਅਪਲੋਡ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਆਰ ਡਾਕੂਮੈਂਟ ਆਰ ਅਪਲੋਡਡ ਸਕਸੈਸਫੁਲ ਜਿਵੇਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਥੱਲੇ ਤੁਹਾਨੂੰ ਨੈਕਸਟ ਦੀ ਆਪਸ਼ਨ ਦਿਖਾਈ ਦੇ ਰਹੀ ਹੈ ਇੱਥੇ ਦੋਸਤੋ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਜਦੋਂ ਦੋਸਤੋਂ ਤੁਸੀਂ ਨੈਕਸਟ ਕਰੋਗੇ ਅਤੇ ਕੈਪਚਾ ਫਿਲ ਕਰਕੇ ਸਬਮਿਟ ਤੇ ਕਲਿੱਕ ਕਰੋਗੇ ਸਬਮਿਟ ਤੇ ਜਦੋਂ ਦੋਸਤੋਂ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਅਪਲੋਡ ਫੋਟੋ ਸਾਈਨ ਪ੍ਰੋਸੀਡ ਤੇ ਕਲਿੱਕ ਕਰੋਗੇ ਐ ਤੇ ਦੋਸਤੋਂ ਬ੍ਰਾਊਜ਼ਰ ਤੇ ਕਲਿੱਕ ਕਰਕੇ ਤੁਸੀਂ ਪਹਿਲਾ ਫੋਟੋ ਫਿਰ ਸਿਗਨੇਚਰ ਅਪਲੋਡ ਕਰ ਲੋਗੇ ਜਿਸ ਦਾ ਦੋਸਤੋਂ ਸਾਈਜ਼ ਤੁਸੀਂ ਦੇਖ ਸਕਦੇ ਹੋ ਥੱਲੇ ਹਾਈਟ ਵੀ ਤੁਹਾਨੂੰ ਦੱਸੀ ਹੋਈ ਹੈ ਅਪਲੋਡ ਐਂਡ ਵਿਊ ਫਾਈਲਸ ਤੇ ਜਾ ਕੇ ਤੁਸੀਂ ਆਪਣੇ ਡਾਕੂਮੈਂਟ ਨੂੰ ਅਪਲੋਡ ਕਰੋਗੇ ਸੇਵ ਫੋਟੋ ਐਂਡ ਸਿਗਨੇਚਰ ਇਮੇਜ ਤੇ ਕਲਿੱਕ ਕਰੋਗੇ ਡਾਕੂਮੈਂਟ ਤਾਂ ਤੁਸੀਂ ਦੇਖੋਗੇ ਸਕਸੈਸਫੁਲ ਆ ਗਏ ਹਨ ਨੈਕਸਟ ਤੇ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਇਸ ਤੋਂ ਬਾਅਦ ਫਿਰ ਕੈਪਚਾ ਫਿਲ ਕਰਕੇ ਸਬਮਿਟ ਤੇ ਕਲਿੱਕ ਕਰ ਲੋਗੇ ਇਸ ਤੋਂ ਬਾਅਦ ਫਿਰ ਦੋਸਤੋ ਥੱਲੇ ਚਲੇ ਜਾਓਗੇ ਤੁਸੀਂ ਦੇਖ ਰਹੇ ਹੋ ਇਹ ਤੋਂ ਦੋਸਤੋ ਆਪਣਾ ਐਪਲੀਕੇਸ਼ਨ ਫਾਰਮ ਪ੍ਰਿੰਟ ਕਰ ਲੋਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਥੱਲੇ ਚਲੇ ਜਾਓਗੇ ਨੈਕਸਟ ਤੇ ਜੋ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਅਗਲਾ ਫਾਰਮ ਆਏਗਾ ਤੁਸੀਂ ਦੇਖ ਰਹੇ ਹੋ ਪੇਮੈਂਟ ਦਾ ਪ੍ਰੋਸੀਡ ਤੇ ਤੁਸੀਂ ਕਲਿੱਕ ਕਰ ਦੋਗੇ ਪ੍ਰੋਸੀਡ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹ ਫੀਸਾ ਸ਼ੋ ਹੋ ਜਾਣਗੀਆਂ ਜਿੰਨੀਆਂ ਦੋਸਤੋ ਤੁਸੀਂ ਇੱਥੇ ਭਰਨੀਆਂ ਹਨ ਉਹ ਤੁਸੀਂ ਇੱਥੋਂ ਆਪਣਾ ਬੈਂਕ ਸਿਲੈਕਟ ਕਰੋਗੇ ਜਿਵੇਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਆਪਣਾ ਕੈਪਚਾ ਜੋ ਦਿਖਾਈ ਦੇ ਰਿਹਾ ਹੈ ਇੱਥੇ ਫਿਲ ਕਰ ਦੋਗੇ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਪਰ ਪੇ ਨਾਓ ਤੇ ਤੁਸੀਂ ਕਲਿੱਕ ਕਰ ਦੋਗੇ ਆਈ ਐਗਰੀ ਪ੍ਰਸੀਡ ਫੋਰ ਪੇਮੈਂਟ ਤੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਇੰਟਰਫੇਸ ਆ ਜਾਏਗਾ ਇੱਥੇ ਤੁਸੀਂ ਮੈਥਡ ਚੂਜ਼ ਕਰੋਗੇ ਪੇਮੈਂਟ ਦਾ ਤੁਸੀਂ ਇੱਥੇ ਐਕਸੈਪਟ ਤੇ ਕਲਿੱਕ ਕਰੋਗੇ ਸਬਮਿਟ ਤੇ ਕਲਿੱਕ ਕਰੋਗੇ ਜਿਵੇਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਜਿਹੜਾ ਵੀ ਦੋਸਤੋ ਐਸਬੀਆਰ ਆਈ ਜਾਂ ਫਿਰ ਦੋਸਤੋ ਤੁਸੀਂ ਮਲਟੀ ਬੈਂਕਸ ਰਾਈ ਇੱਥੇ ਤੁਸੀਂ ਆਪਣੀ ਫੀਸ ਨੂੰ ਕਨਫਰਮ ਕਰ ਲੋਗੇ ਤੇ ਸਬਮਿਟ ਤੇ ਦੋਸਤੋ ਤੁਸੀਂ ਅੱਗੇ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਇੱਥੇ ਆਓਗੇ ਤੁਹਾਡੇ ਸਾਹਮਣੇ ਨੈਟ ਬੈਂਕਿੰਗ ਅਦਰ ਨੈਟ ਬੈਂਕਿੰਗ ਸਟੇਟ ਬੈਂਕ ਅਦਰ ਬੈਂਕ ਡੈਬਿਟ ਕਾਰਡ ਸਾਰੀਆਂ ਆਪਸ਼ਨਾਂ ਖੁੱਲ ਜਾਣਗੀਆਂ ਜੋ ਵੀ ਦੋਸਤੋ ਤੁਹਾਨੂੰ ਆਪਸ਼ਨ ਸਹੀ ਲੱਗਦੀ ਹੈ ਉਸ ਆਪਸ਼ਨ ਨੂੰ ਤੁਸੀਂ ਕਲਿੱਕ ਕਰੋਗੇ ਤੇ ਦੋਸਤੋ ਇੱਥੇ ਤੁਸੀਂ ਕਲਿੱਕ ਕਰਕੇ ਸਿੰਪਲੀ ਨੈਕਸਟ ਤੇ ਜਾ ਕੇ ਆਪਣੀ ਫੀਸ ਨੂੰ ਵੈਰੀਫਾਈ ਕਰ ਲੋਗੇ ਹੁਣ ਜਦੋਂ ਦੋਸਤੋ ਤੁਸੀਂ ਆਪਣੀ ਫੀਸ ਭਰ ਲੋਗੇ ਤੁਹਾਡੇ ਸਾਹਮਣੇ ਇਹ ਆਪਸ਼ਨ ਆ ਜਾਏਗੀ ਇਸ ਤੋਂ ਬਾਅਦ ਤੁਸੀਂ ਕਲਿੱਕ ਇਅਰ ਫੋਰ ਪ੍ਰਿੰਟ ਰਸੀਪਟ ਤੇ ਜਾ ਕੇ ਆਪਣੀ ਰਸੀਪਟ ਨੂੰ ਵੇ ਪ੍ਰਿੰਟ ਕਰ ਲੋਗੇ ਇਸ ਤੋਂ ਬਾਅਦ ਦੋਸਤੋ ਸਿੰਪਲੀ ਤੁਸੀਂ ਬੈਕ ਚਲੇ ਜਾਓਗੇ ਤੇ ਇੱਥੇ ਦੋਸਤੋ ਤੁਸੀਂ ਆ ਜਾਓਗੇ ਹੋਮ ਪੇਜ ਤੇ ਜਿੱਥੇ ਆਪਾਂ ਫਸਟ ਵਾਰ ਕਲਿੱਕ ਕੀਤਾ ਸੀ ਇੱਥੇ ਦੋਸਤੋ ਉੱਪਰ ਤੁਹਾਨੂੰ ਆਪਸ਼ਨ ਆਏਗੀ ਅਪਾਇੰਟਮੈਂਟ ਦੀ ਇੱਥੇ ਦੋਸਤੋ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਅਪਾਇੰਟਮੈਂਟ ਤੇ ਕਲਿੱਕ ਕਰੋਗੇ ਅਤੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਹੀ ਹੈ ਡੀਐਲ ਸਰਵਿਸ ਸਲੋਟ ਬੁਕਿੰਗ ਅਤੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਕਈ ਵਾਰ ਦੋਸਤੋ ਜ਼ਰੂਰਤ ਨਹੀਂ ਪੈਂਦੀ ਤਾਂ ਦੋਸਤੋ ਤੁਸੀਂ ਐਪਲੀਕੇਸ਼ਨ ਸਟੇਟਸ ਤੇ ਜਾ ਕੇ ਤੇ ਐਪਲੀਕੇਸ਼ਨ ਫਿਲ ਕਰੋਗੇ ਡੇਟ ਆਫ ਬਰਥ ਕੈਪਚਾ ਫਿਲ ਕਰਕੇ ਸਬਮਿਟ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਸਿੰਪਲੀ ਥੱਲੇ ਤੁਸੀਂ ਚਲੇ ਜਾਓਗੇ ਸਕਰੋਲ ਡਾਊਨ ਕਰੋਗੇ ਤੁਹਾਡੇ ਸਾਹਮਣੇ ਇੱਥੇ ਆ ਰਿਹਾ ਹੈ ਪ੍ਰਸੀਡ ਦਾ ਜਿਵੇਂ ਕਿ ਦੇਖੋਗੇ ਸਾਰਾ ਡਾਕੂਮੈਂਟ ਵਗੈਰਾ ਅਪਲੋਡ ਹੋ ਚੁੱਕੇ ਹਨ ਆਪਣੀ ਰਹਿ ਗਈ ਹੈ ਸਲੋਟ ਬੁਕਿੰਗ ਪ੍ਰਸੀਡ ਤੇ ਆਪਾਂ ਕਲਿੱਕ ਕਰਾਂਗੇ ਐਪਲੀਕੇਸ਼ਨ ਨੰਬਰ ਦੁਬਾਰਾ ਫਿਲ ਕਰਕੇ ਵੈਰੀਫਿਕੇਸ਼ਨ ਕੋਡ ਤੇ ਫਿਲ ਸਬਮਿਟ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਪ੍ਰਸੀਡ ਟੂ ਬੁੱਕ ਤੇ ਆਪਾਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਜਿਹੜੀ ਗ੍ਰੀਨ ਵਿੱਚ ਤੁਹਾਨੂੰ ਦਿਖਾਈ ਦੇ ਰਹੀ ਹਨ ਡਾਟਾ ਇਹ ਤੁਸੀਂ ਸਿਲੈਕਟ ਕਰ ਲੋਗੇ ਜਿਹੜੀ ਤੁਹਾਨੂੰ ਬਲੈਕ ਦਿਖਾਈ ਦੇ ਰਹੀ ਇਹ ਆਪਾਂ ਸਿਲੈਕਟ ਨਹੀਂ ਕਰਨੀ ਇਸ ਤੋਂ ਬਾਅਦ ਡੇਟ ਮੈਂਸ਼ਨ ਹੋ ਜਾਏਗੀ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਤੁਸੀਂ ਟਾਈਮ ਇੱਥੇ ਦੇਖੋਗੇ ਜਿਹੜਾ ਵੀ ਤੁਹਾਨੂੰ ਟਾਈਮ ਦਿਖਾਈ ਦਿੰਦਾ ਹੈ ਉਹ ਤੁਸੀਂ ਇੱਥੋਂ ਸਿਲੈਕਟ ਕਰ ਲੋਗੇ ਉਸ ਤੋਂ ਤੁਸੀਂ ਅਵੇਲੇਬਲ ਸੀਟ ਦੇਖੋਗੇ ਸੀਟ ਕਨਫਰਮ ਕਰਨ ਤੋਂ ਬਾਅਦ ਤੁਸੀਂ ਦੋਸਤੋ ਦੇਖੋਗੇ ਬੁੱਕ ਸਲੋਟ ਤੇ ਤੁਸੀਂ ਕਲਿੱਕ ਕਰ ਦੋਗੇ ਤੁਹਾਡੇ ਸਾਹਮਣੇ ਸਲੋਟ ਬੁੱਕ ਹੋ ਜਾਏਗੀ ਉਸ ਤੋਂ ਬਾਅਦ ਕਨਫਰਮ ਟੂ ਸਲੋਟ ਬੁੱਕ ਤੇ ਤੁਸੀਂ ਕਲਿੱਕ ਕਰ ਦੋਗੇ ਸਿਕਿਉਰਿਟੀ ਕੋਡ ਵੀ ਤੁਹਾਡੇ ਸਾਹਮਣੇ ਆਪਣੇ ਆਪ ਸ਼ੋ ਹੋ ਜਾਏਗਾ ਸੇਵ ਐਟ ਹੈ ਪੀਡੀਐਫ ਜਾਂ ਪ੍ਰਿੰਟ ਤੇ ਜਾ ਕੇ ਤੁਸੀਂ ਆਪਣੀ ਸਲੋਟ ਬੁਕਿੰਗ ਨੂੰ ਚੈੱਕ ਕਰ ਲੋਗੇ ਜਦੋਂ ਦੋਸਤੋ ਤੁਹਾਡੇ ਸਾਹਮਣੇ ਇਹ ਸਲੋਟ ਬੁਕਿੰਗ ਹੋ ਜਾਏਗੀ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰੋਗੇ ਆਪਣੇ ਆਰਟੀਓ ਦਫਤਰ ਚਲੇ ਜਾਓਗੇ ਐਪਲੀਕੇਸ਼ਨ ਫਾਰਮ ਲੈ ਕੇ ਆਲ ਡਾਕੂਮੈਂਟ ਫੀਸ ਪੇਮੈਂਟ ਅਪ ਮਟਰ ਸ਼ਿਫਟ ਇਹ ਸਾਰਾ ਕੁਝ ਲੈ ਕੇ ਤੁਸੀਂ ਆਪਣੇ ਜੋ ਵੀ ਤੁਹਾਡਾ ਨਜ਼ਦੀਕੀ ਹੋਏਗਾ ਆਰਟੀਓ ਦਫਤਰ ਉਥੇ ਜਾ ਕੇ ਦੋਸਤੋ ਤੁਸੀਂ ਆਪਣੀ ਐਪਲੀਕੇਸ਼ਨ ਫਾਰਮ ਨੂੰ ਵੈਰੀਫਾਈ ਕਰ ਲੋਗੇ ਦੋਸਤੋ ਜਿਹੜੇ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਹਨ ਕਈ ਵਾਰ ਦੋਸਤੋ ਫੀਸ ਰਸੀਪਟ ਨਹੀਂ ਨਿਕਲਦੀ ਤੁਹਾਡਾ ਐਪਲੀਕੇਸ਼ਨ ਫਾਰਮ ਨਹੀਂ ਨਿਕਲਦਾ ਉਹ ਤੁਸੀਂ ਦੋਸਤੋ ਇੱਥੇ ਫੀਸ ਪੇਮੈਂਟ ਤੇ ਕਲਿੱਕ ਕਰਕੇ ਫੀਸ ਪੇਮੈਂਟ ਤੇ ਜਾ ਕੇ ਤੁਸੀਂ ਸਟੇਟਸ ਤੇ ਜਾ ਕੇ ਇੱਥੋਂ ਵੀ ਤੁਸੀਂ ਆਪਣੇ ਰਸੀਪਟ ਨੂੰ ਡਾਊਨਲੋਡ ਕਰ ਲੋਗੇ ਇਸ ਤੋਂ ਬਾਅਦ ਤੁਸੀਂ ਦੋਸਤੋ ਆਪਣੇ ਡਾਕੂਮੈਂਟ ਲੈ ਕੇ ਚਲੇ ਜਾਓਗੇ ਵਿਜ਼ਿਟ ਕਰੋਗੇ ਉੱਤੇ ਦੋਸਤੋ ਆਰਟੀਓ ਦਫਤਰ ਤੁਹਾਨੂੰ ਜਿਹੜੀ ਡੇਟ ਮੈਂਸ਼ਨ ਕੀਤੀ ਹੋਈ ਹੈ ਦੋਸਤੋ ਤੁਹਾਡਾ ਡਰਾਈਵਿੰਗ ਲਾਇਸੈਂਸ ਇਸ ਤੋਂ ਬਾਅਦ ਬਣ ਕੇ ਤੁਹਾਡੇ ਘਰ ਦੇ ਵਿੱਚ ਆ ਜਾਵੇਗਾ ਜੇਕਰ ਦੋਸਤੋ ਤੁਹਾਨੂੰ ਇੱਥੇ ਅਪਲਾਈ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਕਈ ਵਾਰ ਦੋਸਤੋ ਜਿਨ੍ਹਾਂ ਦਾ ਆਧਾਰ ਅਥੈਂਟੀਕੇਟ ਹੁੰਦਾ ਹੈ ਉਹਨਾਂ ਨੂੰ ਦੋਸਤੋ ਜਿਹੜਾ ਕਿ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੁੰਦੀ ਤਾਂ ਦੋਸਤੋ ਤੁਸੀਂ ਮੇਰੇ ਨਾਲ ਕਮੈਂਟ ਦੇ ਵਿੱਚ ਸੈਕਸ਼ਨ ਦੇ ਵਿੱਚ ਕਰਕੇ ਤੁਸੀਂ ਮੇਰੇ ਤੋਂ ਜ਼ਰੂਰ ਸਹਾਇਤਾ ਪ੍ਰਾਪਤ ਕਰ ਲਿਓ ਜੇ ਅਗਲੀ ਵੀ ਇੱਕ ਨਵੀਂ ਅਪਡੇਟ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਕੇ ਜਾਣਾ ਜੈ ਹਿੰਦ ਦੋਸਤੋ